ભાઈ બંદૂક પરખણી દમદમા સાહેબ ગુરુ મહારાજ જાણ કે છે કે હજુર શાંતિ પ્રિય હન લડાઈ ઝગડા પસંદ નહીં કરદે દુબારા પ્રચાર શરૂ હો ગયા હૈ સંગત આવદિયા ને મથા ટેક દિયા અમૃત છકે તૈયાર હોદિયા દિલ્હી ની સંગત ભી આઈ હૈ ઉના દેનાલ માતા સાહેબ દેવા જીઓ ઓર માતા સુંદરી જી ભી આયે વડે સાહેબદાદા બાબા અજીત સિંહ જી માતા સુંદરી જી દેસન છોટે તિને સાહેબજાદે માતા જીતો જી દેસન માતા જીતો જી તો ચાર સાલ પહેલા પરલોક સધાર ગયે હન ભર્યા પરિવાર છડ કે ગયે સારા સાલ માતા સુંદરી જી નું સહેણા પે નિકા પર કે સારિયા સિખાં વાલે ચક્યા હૈ કિતે ભી તો અજીત સિંહ વાર નજર નહીં આઈ ખલો કે ગુરદે સામને સિર ચુકા કે સચે પાતશાહ સરસા દે કંડે વિછડ લગે હૈ મેં અપણી અમાન તે અપણે બચે હજૂર દે હવાલે કરકે આઈ સી દાતાર મેનું મેરે બચે દેતે જાણ તો માતા સુંદરી જી કિવે કહે રહે ભાઈ ਸ਼ਹੀਦ ਲਾਗੇ ਹਾਰਾ ਦੇ ਵੇਖੇ
ਨੇ ਕਿਹਾ, ਸੁੰਦਰੀ ਜੀ ਇੱਕ ਸੌਦਾ ਕੀਤਾ, ਬੜਾ ਲਾਹੇਵੰਦਾ ਕੀਤਾ, ਆਪਣੇ ਚਾਰ ਦੇ ਕੇ ਹਜ਼ਾਰਾਂ ਲੱਖਾਂ ਆਪਣੇ ਬਣਾ ਲਏ ਹਨ, ਇਨ ਪੁੱਤਰਨ ਕੇ ਸੀਸ ਪਏ, ਵਾਰ ਦੀਏ ਸੁੱਤ ਚਾਰ, ਚਾਰ ਗਏ ਤੋ ਕਿਆ ਭਇਆ, ਜੀਵਿਤ ਕਈ ਹਜ਼ਾਰ, ਇਹ ਸਾਰੇ ਆਪਣੇ ਹੀ ਤਾਂ ਹਨ, ਮਰ ਮਾਂ ਹਰ ਕੀਮਤ ਮਾਂ ਹੈ, ਭਾਵੇਂ ਕਿੱਡੀ ਪਦਵੀ ਦੀ ਮਾਲਕ ਵੀ ਹੋਵੇ, ਉਸਨੂੰ ਚੈਨ ਨਹੀਂ ਹੈ, ਇੱਕ ਬੱਚੇ ਨੂੰ ਆਪਣਾ ਪੁੱਤਰ ਬਣਾਇਆ, ਨਾਮ ਧਰਿਆ ਅਜੀਤ ਸਿੰਘ, ਪਾਲੇ ਹਾਥੀ ਵਿਆਹ ਕੀਤਾ, ਮਰ ਅਫਸੋਸ ਹੈ ਲੱਗੀ ਹੋਈ ਪਿਉਣ ਸਫਲ ਨਹੀਂ ਹੋਈ, ਉਹੀ ਅਜੀਤ ਸਿੰਘ ਗੱਡੀ ਲਾ ਕੇ ਗੁਰੂ ਹੋਣ ਲੱਗ ਪਿਆ, ਜਿਸ ਕਾਰਨ ਮਾਤਾ ਸੁੰਦਰੀ ਜੀ ਨੇ ਉਸਨੂੰ ਪਾਰਖਤੀ ਦੇ ਦਿੱਤੀ, ਖੈਰ ਆਓ ਫਿਰ ਉਸੇ ਟਿਕਾਣੇ ਚਲੇ ਗਏ ਭਾਈ, ਇਸ ਵੇਲੇ ਮਾਤਾ ਸੁੰਦਰੀ ਜੀ ਔਰ ਹਜ਼ੂਰ ਆਪਸੀ ਸਵਾਲ ਜਵਾਬ ਕਰ ਰਹੇ ਸਨ, ਸੰਗਤ ਵਿੱਚ ਦੋ ਸਿੱਖ ਬੈਠੇ ਰਾਮਾ ਅਤੇ ਤਰੋਕਾ, ਤਾਂ ਮਾਰ ਕੇ ਰੋ ਉੱਠੇ, ਹਜ਼ੂਰ ਨੇ ਕਿਹਾ ਭਲੇ ਉਹ ਤਾਂ ਸ਼ਹੀਦ ਹੋਏ ਹਨ, ਉਹਨਾਂ ਨੂੰ ਰੋਣ ਦਾ ਕੀ ਅਰਥ ਹੈ, ਉਹਨੇ ਕਿਹਾ ਸੱਚੇ ਪਾਤਸ਼ਾਹ ਇਸ ਵਾਸਤੇ ਨਹੀਂ ਰੋਏ, ਉਹ ਮਰਦਾਂ ਵਾਂਗ ਮੌਤ 'ਤੇ ਫਤਿਹ ਪ੍ਰਾਪਤ ਕਰ ਗਏ ਹਨ, ਜਿਸ ਢੰਗ ਨਾਲ ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ ਗਿਆ ਹੈ, ਇਨਸਾਫ ਦੇ ਮਤੇ ਦੇ ਸਦਾ ਵਾਸਤੇ ਕਲੰਕ ਲੱਗੇ ਹੈ, ਇੱਕ ਲੰਬੀ ਕਹਾਣੀ ਹੈ ਬਈ, ਸ਼ਹੀਦ ਕਿਵੇਂ ਹੋਏ, ਮਨੁੱਖਤਾ ਦੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਮੈਂ ਵੇਰਵਾ ਦੇ ਆਇਆ, ਖੈਰ ਮੈਂ ਅਰਥ ਕਰ ਰਿਹਾ ਸੀ ਕਿ ਪਹਿਲੇ ਨੀਆਂ ਵਿੱਚ ਇਹਨਾਂ ਦਾ ਯਤਨ ਕੀਤਾ ਗਿਆ, ਬੇਹੋਸ਼ੀ ਦੀ ਹਾਲਤ ਵਿੱਚ ਮਾਤਾ ਜੀ ਗੋਦ ਵਿੱਚ ਪਹੁੰਚਾਇਆ ਗਏ, ਅਗਲੇ ਦਿਨ ਆਖਰੀ ਪੇਸ਼ੀ ਹੈ, ਲਾੜਾਂ ਨੂੰ ਤਿਆਰ ਕੀਤਾ ਹੈ, ਤਾਂ ਫਤਿਹ ਬੁਲਾ ਕੇ ਤੁਰਨ ਲੱਗੇ ਦੋਵੇਂ ਲਾੜਲੇ, ਤੁਰ ਪਏ ਦੋਵੇਂ ਲਾੜਲੇ, ਜਦ ਫਤਿਹ ਬੁਲਾ ਕੇ ਬਾਹਰ ਆਖਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਮਾਂ ਉਡੀਕਾਂਗੇ ਸੱਚਖੰਡ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਏਗੇ ਅੰਮੀ ਅਸੀਂ ਔਂਸੀਆਂ ਪਾ ਕੇ, ਮਾਤਾ ਕਹਿੰਦੀ ਮੇਰੇ ਲਾਲ ਜਾਓ ਦੱਸ ਦਿਓ ਕਬੀਰ ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ, ਮਾਂ ਗੁਜਰੀ ਬਹੁਤ ਵੱਡੀ ਸੱਟ ਹੈ ਕਿ ਇਹ ਜਰ ਲਵੇਂਗੀ, ਮਾਂ ਨਾਲ ਕਹਿੰਦੀ ਹਾਂ ਮੈਂ ਜਰ ਲਵਾਂਗੀ ਕਿਉਂਕਿ ਮੈਂ ਜਰਨਾ ਜਾਣਦੀ ਹਾਂ।
ਕਿਆ ਲਾਲ ਜੀ ਹੋ? ਮੈਂ ਆਸ਼ਾਵਾਦੀ ਆ, ਨਿਰਾਸ਼ਾਵਾਦੀ ਨਹੀਂ। ਜਦ ਜਦ ਰਾਤਾਂ ਕਾਲੀਆਂ ਆ ਪਾਵਣ ਘੇਰਾ, ਸਦਾ ਉਹਨਾਂ ਚੋਂ ਜਨਮ ਦਾ ਚੰਨ ਸੋਣ ਸਵੇਰਾ। ਹਰ ਮੁਸੀਬਤ ਦੇ ਬਾਅਦ ਚੰਗਾ ਸਮਾਂ ਆਇਆ ਕਰਦਾ, ਹਰ ਕਾਲੀ ਬੋਲੀ ਰਾਤ ਦੇ ਬਾਅਦ ਚਮਕਦਾ ਸੂਰਜ ਚੜਿਆ ਕਰਦਾ। ਤੁਸੀਂ ਕਿਉਂ ਰੁਕਦੇ ਹੋ? ਜਾਓ ਮੇਰੇ ਹੀਰੇ, ਕਿਉਂ ਕਰਦੇ ਦੇਰੀ? ਮਰਦਾਂ ਦੀ ਨਿੱਤ ਹੋਣ ਦੀ ਪੁੱਤ ਵਾਟ ਲਮੇਰੀ, ਰੁਕਣ ਨਾ ਪਾਉਂਦੀ ਸਕਦੇ ਤੱਕ ਮੀਂਹ ਹਨੇਰੀ, ਵਧਣ ਤੂਫਾਨਾਂ ਵਿੱਚ ਵੀ ਉਹ ਨਾਲ ਦਲੇਰੀ, ਚਰਨ ਚੁੰਮਦੀਆਂ ਮਨਜ਼ਨਾ ਓੜਕਦੀ ਵੇਰੀ, ਸਗਨ ਮਨਾਵੇ ਮੌਤ ਵੀ ਮਰਦਾਂ ਦੀ ਚੇਰੀ, ਅੱਜ ਮੌਤ ਸੁਹਾਗਣ ਹੋਣਾ ਚਾਹੁੰਦੀ। ਤੁਰ ਪੈਣ ਦੋਵੇਂ ਲਾਡਲੇ ਤਾਂ ਬੱਚਿਆਂ ਦੀ ਮਾਂ ਚੇਤੇ ਆ ਗਈ, 6 ਸਾਲ ਦੀ ਜੀਤੋ ਰਾਣੀ ਮਾਂ ਪਿਓ ਦੇ ਨਾਲ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਆਈ ਹੈ। ਬੜੀ ਪਿਆਰੀ ਲੱਗੀ ਮਾਤਾ ਗੁਜਰੀ ਜੀ ਨੂੰ, ਗਦ ਵਿੱਚ ਲੈ ਲਿਆ, ਹਜ਼ੂਰ ਦੇ ਸਾਹਮਣੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਦੇਵੀ ਕੰਨਿਆ ਤਾਂ ਮੈਨੂੰ ਬੜੀ ਪਿਆਰੀ ਲੱਗਦੀ, ਮੇਰੇ ਗੋਬਿੰਦ ਦਾ ਹਾਣ ਹੈ। ਹਜ਼ੂਰ ਨੇ ਪ੍ਰਵਾਨ ਕਰ ਲਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਹਿਲੀ ਸ਼ਾਦੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਮੌਜੂਦਗੀ ਵਿੱਚ 7 ਸਾਲ ਦੀ ਉਮਰ ਵਿੱਚ ਹੋਈ ਹੈ। ਤਾਂ ਧੀਆਂ ਵਾਂਗ ਪਾਲਿਆ ਹੈ ਜੀਤੋ ਨੂੰ ਮਾਤਾ ਗੁਜਰੀ ਜੀ ਨੇ, ਔਰ ਮਾਤਾ ਗੁਜਰੀ ਜੀ ਦਾ ਅਤੇ ਮਾਤਾ ਜੀਤੋ ਜੀ ਦਾ ਪਿਆਰ ਸਾਰੀ ਉਮਰ ਮਾਵਾਂ ਔਰ ਧੀਆਂ ਵਾਂ ਗੁਜ਼ਰੇ ਹੈ। ਸਾਨੂੰ ਸਿੱਖਿਆ ਮਿਲਦੀ ਹੈ ਜਿਸ ਘਰ ਵਿੱਚ ਨੂੰਹ ਔਰ ਸੱਸ ਦਾ ਪਿਆਰ ਮਾਵਾਂ ਧੀਆਂ ਵਾਲਾ ਹੈ ਉਹ ਸੁਰਗ ਹੈ, ਪਰ ਜਿੱਥੇ ਸੱਸ ਔਰ ਨੂੰਹ ਦੀ ਨਾ ਬਣੇ ਪਿਓਰ ਪੁੱਤਰ ਦੀ ਨਿਭਣੀ ਵੀ ਮੁਸ਼ਕਿਲ ਹੋ ਜਾਇਆ ਕਰਦੀ। ਉਤਾਂ ਤੋਂ ਪਿਆਰੀ ਧੀ ਚੇਤੇ ਆ ਗਈ ਹੈ, ਆਵਾਜ਼ ਦਿੰਦੀ ਹੈ, ਮਾਤਾ ਗੁਜਰੀ ਮੇਰੀ ਜੀਤੋ ਰਾਣੀ 10 ਮਿੰਟ ਨਿਰੰਕਾਰ ਕੋਲੋਂ ਉਧਾਰੇ ਲੈ ਕੇ ਆ ਜਾ, ਤੇਰੇ ਪੁੱਤਰ ਜੰਗ ਕਰਨ ਲੱਗੇ ਹਨ। ਕਿਵੇਂ ਭਾਈ, ਪੁਰਾਣੀ ਟਿਊਨ ਹੈ ਟਾੜੀਆਂ ਵਾਲੀ? Thank you.
ਪੈਗੰਬਰੋ ਤੋ ਰੋਸ਼ਨ ਤਾਰੇ ਚਾਨਣ ਚਾਨਣ ਹੋ ਗਏ ਟੁੱਟਦਾ ਆਪਣੀ ਹਸਤੀ ਮਿਟਾ ਜਾਂਦਾ ਮਰ ਹਨੇਰੇ ਅੰਬਰਾਂ ਨੂੰ ਰੋਸ਼ਨੀ ਦੇ ਜਾਇਆ ਕਰਦਾ। ਸਰ ਇਕਬਾਲ ਕਹਿੰਦਾ ਹੈ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ। ਯਾਦ ਰੱਖੋ ਕੌਮਾਂ ਬਹੁ ਗਿਣਤੀ ਦੇ ਮਾਣ 'ਤੇ ਨਹੀਂ ਜੀਵਿਆ ਕਰਦੀਆਂ, ਉਸ ਨੂੰ ਦੌਲਤ ਦੇ ਮਾਣ 'ਤੇ ਨਹੀਂ ਜੀਵਿਆ ਕਰਦੀਆਂ, ਸਰ ਆਪਣੇ ਡੁੱਲੇ ਖੂਨ ਦੇ ਮਾਣ 'ਤੇ ਜੀਵਿਆ ਕਰਦੀਆਂ। ਇਹ ਛੋਟੀ ਜਿਹੀ ਕੌਮ ਇਤਨੀ ਬਲਵਾਨ ਹੈ, ਇੱਥੇ ਸ਼ਹੀਦਾਂ ਦੀ ਗਿਣਤੀ ਕਰਨੀ ਵੀ ਮੁਸ਼ਕਲ ਹੈ। ਖੈਰ ਮੈਂ ਅਰਜ਼ ਕਰ ਰਿਹਾ ਸੀ ਡੱਲੇ ਦੇ ਕੋਲ ਹਨ ਗੁਰੂ ਮਹਾਰਾਜ, ਜਦ ਇਹ ਵਾਰਤਾ ਚੱਲ ਰਹੀ ਹੈ ਤਾਂ ਸੁਣੀਏ ਦਾਤਾਰ ਦੀ ਬੇਨਤੀ, ਸੁਣੀਆ ਸਭ ਕੁਝ ਤਾਂ ਡੱਲੇ ਦੇ ਮਨ ਵਿੱਚ ਵਲਵਲਾ ਉੱਠਿਆ ਹੈ, ਖਲੋ ਕੇ ਗੁਰਦੇਵ ਦੇ ਸਾਹਮਣੇ ਪਾ ਕੇ ਗਲ ਵਿੱਚ ਪੱਲਾ, ਇੱਕ ਬੇਨਤੀ ਕਰ ਲਿਆ ਡੱਲਾ ਸਰਦਾਰ ਕਿਵੇਂ ਬਾਈ? ਮੇਰੇ 500 ਸੂਰਮੇ ਨਾਲ
ਹਿੰਮਤ ਹਾਰ ਖਾਂ ਨਸ ਦੇ ਗਿੱਦੜਾਂ ਨੂੰ ਸ਼ੇਰਾਂ ਵਾਂਗੇ ਹੋਜ ਤੇ ਮਮਤਾ ਮੇਰੀ
ਅਰਦੇ ਬੋਲੇ ਸੱਚੇ ਪਾਤਸ਼ਾਹ ਬੰਦੂਕ ਉਠਾ ਕੇ ਵੇਖ ਲਈਏ ਫਿਰ ਡੱਲਿਆ ਇਸ ਨੂੰ ਅਦਮਾ ਕੇ ਚੁਣਾ ਆਪਣੀ ਫੌਜ ਚੋਂ ਕੋਈ ਲਿਆ ਬੁਲਾ ਕੇ ਬਣੇ ਨਿਸ਼ਾਨਾ ਖੁਸ਼ੀ ਨਾਲ ਜੋ ਸਾਹਵੇਂ ਆ ਕੇ ਤੱਕੀ ਦੇ ਗੋਲੀ ਨਿਕਲਦੀ ਸਲ ਇੱਕ ਵਿੱਚ ਪਾ ਕੇ ਜਾਂ ਦਵਾਟੇ ਅੜਕਦੀ ਇਹ ਤਾਣ ਗਵਾ ਕੇ ਸ਼ਸਤਰ ਰੱਖਣਾ ਚਾਹੀਦਾ ਪਹਿਲਾਂ ਅਦਮਾ ਕੇ ਦਗਲ ਨਾ ਦੇਵੇ ਸੀਤਲਾ ਰਣ ਅੰਦਰ ਜਾ ਕੇ ਜਿਸਲੇ ਹੁਕਮ ਸੁਣਿਆ ਡੱਲਾ ਘਬਰਾ ਗਏ ਸੋਚਦਾ ਕੌਣ ਹੋਵੇਗਾ ਇਤਨਾ ਅਨਿਆਈ ਮੌਤ ਮਰਨ ਲਈ ਤਿਆਰ ਹੋ ਜਾਏਗਾ ਪਰ ਵਜੀਦਾ ਕੌਣ ਸਾਹਿਬ ਨੂੰ ਆਖੇ ਅੰਗ ਨਹੀਂ ਅੰਗ ਕਰ ਗੁਰੂ ਮਹਾਰਾਜ ਦੇ ਸਾਹਮਣੇ ਉਧਰ ਕੀ ਕੀਤਾ ਜਾਏ ਮੈਨੂੰ ਕੀ ਪਰਖਣੀ ਸੀ ਨਾ ਜ਼ਰੂਰ ਕੋਈ ਬੰਦਾ ਮਾਰਨਾ ਕਿਸੇ ਜਾਨਵਰ 'ਤੇ ਚਲਾ ਕੇ ਨਹੀਂ ਸੀ ਪਰਖੀ ਜਾ ਸਕਦੀ ਮੈਂ ਉਦੋਂ ਡੱਲਿਆ ਫੜ ਮਾਰ ਬੈਠਾ ਸੈਂ ਹੁਣ ਚੱਲ ਪੁੱਗਤ ਬਈ ਦਿਲ ਵਿੱਚ ਸੋਚਾਂ ਸੋਚਦਾ ਛਾਉਣੀ ਵਿੱਚ ਪਹੁੰਚੇ ਇੱਕ ਇੱਕ ਸਿਪਾਹੀ ਦੇ ਸਾਹਮਣੇ ਤਰ ਲਾ ਲਏ ਕਹਿੰਦਾ ਵੇਖੋ ਬਈ ਤੁਹਾਡੇ ਮਾਣ ਉੱਤੇ ਉਦਣੇ ਫੜ ਮਾਰੀ ਸੀ ਗੁਰਦੇਵ ਨੇ ਬੜਾ ਅਨੋਖਾ ਹੁਕਮ ਸੁਣਾ ਦਿੱਤਾ ਕੋਈ ਇੱਕ ਆਦਮੀ ਆਓ ਮੇਰੀ ਇੱਜ਼ਤ ਰੱਖ ਲਓ ਮੈਂ ਵਾਅਦਾ ਕਰਦਾ ਹਾਂ ਜਿੰਨੀ ਕਹੋ ਜਗੀਰ ਲਗਾ ਦਿਆਂਗਾ ਪੀੜ੍ਹੀਆਂ ਤੱਕ ਤੁਹਾਡੀ ਔਲਾਦ ਮਾਣ ਪੀ ਕਰੇਗੀ ਮੌਜ ਪੀ ਕਰੇਗੀ ਕਿ ਸਾਡੇ ਵੱਡ ਵਡੇਰੇ ਨੇ ਤੇਗ ਮਾਰੀ ਸੀ ਦੂਜਾ ਪੱਖ ਵੀ ਵੇਖੋ ਬਾਈ ਗੁਰੂ ਮਹਾਰਾਜ ਜੀ ਦੇ ਹੱਥੋਂ ਸ਼ਹੀਦ ਹੋਣ ਵਾਲਾ ਉਹਦੀਆਂ ਕਈ ਕੁਲਾਂ ਸੁਰਗਾਂ ਤੱਕ ਜਾਣਗੀਆਂ ਬਹੁਤ ਸਾਰੇ ਸਿਪਾਹੀਆਂ ਨੇ ਕਿਹਾ ਡੱਲਾ ਸਰਦਾਰ ਤੇਰੀ ਫੌਜ ਦੇ ਸਿਪਾਹੀ ਆ ਮੈਦਾਨ ਵਿੱਚ ਲੜਨਾ ਹੱਕ ਹੈ 500 ਹਾਂ 10,000 ਨਾਲ ਟਕਰਾ ਦੇ ਲੜਾਂਗੇ ਜਾਂ ਮਰਾਂਗੇ ਜਾਂ ਮਾਰ ਲਵਾਂਗੇ ਮੇਰੇ ਤਰ੍ਹਾਂ ਅਨਿਆਈ ਮੌਤ ਕੌਣ ਮਰਨ ਲਈ ਤਿਆਰ ਹੋਵੇ ਕਿਤੇ ਰੱਖੋ ਮੈਦਾਨ ਵਿੱਚ ਜੂਝ ਕੇ ਆਪਣੇ ਆਪ ਦੀ ਕੁਰਬਾਨੀ ਦੇਣ ਵਾਲੇ ਵੀ ਸਲਾਉਣ ਯੋਗ ਹੋਇਆ ਕਰਦੇ ਮਰ ਉੱਥੇ ਹਾਸਾ ਦੇ ਨਾਲ ਜ਼ਿੰਦਗੀ ਸਾਥ ਦਿਆ ਕਰਦੀ ਹੈ ਮਰ ਇੱਥੇ ਅਨਿਆਈ ਮੌਤ ਮਰੀਏ ਦੂਜੀ ਗੱਲ ਵੀ ਜਿਹੜਾ ਸੁਰਗਾਂ ਦਾ ਬੂਹਾ ਸਾਨੂੰ ਵਿਖਾਉਣਾ ਹੈ ਕਈਆਂ ਮੰਚਲਿਆਂ ਨੇ ਕਹਿ ਦਿੱਤਾ ਡੱਲਾ ਸਰਦਾਰ ਉੱਤੇ ਨੂੰ ਪੀੜਾ ਜਾਪਦਾ ਹੈ ਤੂੰ ਆਪ ਹੀ ਲੰਘ ਜਾ ਖਾਂ ਨਿਰਤੁਰ ਹੋ ਗਿਆ ਹੈ ਡੱਲਾ ਮਹਾਰਾਜ ਦੇ ਸਾਹਮਣੇ ਆਣ ਖਲੋਤਾ ਹਜ਼ੂਰ ਨੇ ਕਿਹਾ ਡੱਲਿਆ ਫਿਰ ਤੇਰਾ ਕੋਈ ਸਿਪਾਹੀ ਆਉਂਦਾ ਮਗਰ ਨਹੀਂ ਮਹਾਰਾਜ ਸਾਰੇ ਡੋਲ ਗਏ ਨੇ ਹਜ਼ੂਰ ਨੇ ਕਿਹਾ ਸਾਰੇ ਡੋਲ ਗਏ ਸੱਚੇ ਪਾਤਸ਼ਾਹ ਸਭ ਦਾ ਦਿਲ ਡੋਲ ਗਏ ਹੱਸ ਕੇ ਕਹਿਣ ਲੱਗੇ ਗੁਰਦੇਵ ਡੱਲਿਆ ਤੇਰਾ ਆਪਣਾ ਦਿਲ ਤਾਂ ਕਾਇਮ ਹੈ ਨਾ ਤੂੰ ਆਪ ਹੀ ਸਾਹਮਣੇ ਖਲੋ ਜਾ ਕਿਉਂਕਿ ਸ਼ਸਤਰ ਦੇ ਸਾਹਮਣੇ ਸਿਪਾਹੀ ਔਰ ਸਰਦਾਰ ਵਿੱਚ ਕੋਈ ਫਰਕ ਨਹੀਂ ਗਿੰਨੀ ਤਾਕਤ ਨਾਲ ਗੋਲੀ ਸਿਪਾਹੀ ਦੀ ਹਕਮੀਤੀ ਲੰਘੇਗੀ ਸਰਦਾਰ ਦੀ ਹਕਮੀਤੀ ਵੀ ਉਨੀ ਲੰਘ ਜਾਏਗੀ ਸਿਰ ਤੋਂ ਪੈਰ ਤੱਕ ਕੰਮ ਉੱਠਿਆ ਡੱਲਾ ਸੋਚਦਾ ਘਬਰਾ ਕੇ ਮੇਰੇ ਹਾਮੀ ਪਰਨ ਤੋਂ ਕਿਤੇ ਪਹਿਲਾਂ ਹੀ ਮਹਾਰਾਜ ਨਾਮਪੁਰ ਚਲਾ ਦਿੰਦੇ ਹੋਣ ਪਰ ਡੱਲਾ ਬੰਦਾ ਖਰਾ ਹੈ ਆਪਣੇ ਦਿਲ ਦੀ ਕਮਜ਼ੋਰੀ ਇਹਨਾਂ ਸ਼ਬਦਾਂ ਵਿੱਚ ਪੇਸ਼ ਕਰ ਰਿਹਾ ਕਿਵੇਂ ਬਾਈ ਆਪ
ਗੁਰੂ ਜੀ ਪ੍ਰਾਇਤ ਬਾਣੀ ਜੋ ਗਿਆਨ ਦੇ ਖੇਲ ਜਾਵੇ ਹਰ ਕੋਈ ਜੰਮਿਆ ਵਿੱਚ ਸੰਸਾਰ ਨਾਹੀ ਪਵੇਗੀ ਕਿ ਡੱਲਾ ਬੰਦਾ ਖਰਾ ਸੀ, ਉਸਨੇ ਆਪਣੀ ਕਮਜ਼ੋਰੀ ਨੂੰ ਪ੍ਰਵਾਨ ਤਾਂ ਕਰ ਲਿਆ ਨਾ, ਵੀ ਸੱਚੀ ਪੁੱਛੋ ਤਾਂ ਆਪਣੇ ਆਪ ਤੇ ਵੀ ਮੈਨੂੰ ਗੁਰੂ ਜੀ ਇੰਨਾ ਇਤਬਾਰ ਨਹੀਂ, ਮੇਰਾ ਦਿਲ ਵੀ ਡੋਲ ਗਿਆ ਕਿ ਤੇ ਰੱਖੋ ਖਾਲਸਾ ਜੀ, ਆਪਣੀ ਕਮਜ਼ੋਰੀ ਨੂੰ ਪ੍ਰਵਾਨ ਕਰ ਲੈਣਾ ਬਹੁਤ ਵੱਡੀ ਦਲੇਰੀ ਹੈ। ਮਨੁੱਖ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਆਪਣੀ ਕਮਜ਼ੋਰੀ ਨੂੰ ਕਦੇ ਪ੍ਰਵਾਨ ਨਹੀਂ ਕਰਿਆ ਕਰਦਾ। ਵੱਡੇ ਵੱਡੇ ਲੀਡਰ ਹੋਏ, ਬੜੀਆਂ ਕਸਮਾਂ ਖਾਧੀਆਂ, ਪ੍ਰਣ ਕੀਤੇ ਹਨ, ਮਰਨ ਮਰਤ ਰੱਖੇ ਹਨ, ਜ਼ਰਾ ਕੁ ਮੌਤ ਰਾਣੀ ਨੇ ਕੁੰਡ ਚੁੱਕਿਆ, ਦੌੜਦਿਆਂ ਪਤਾ ਨਹੀਂ ਲੱਗਾ। ਤਾਂ ਮੇਰਾ ਕਹਿਣ ਤੋਂ ਮਤਲਬ ਇਹ ਕਮਜ਼ੋਰੀ ਹੈ ਜੋ ਆਪਣੀ ਪ੍ਰਗਟ ਨਹੀਂ ਕਰ ਸਕੇ, ਬਾਣਾ ਲਾਇਆ। ਡੱਲਾ ਕਹਿਆ, ਸੱਚੇ ਪਾਤਸ਼ਾਹ ਤੁਹਾਡਾ ਕੋਈ ਸਿਦਕੀ ਸਿੱਖੀ ਹੋਵੇਗਾ ਜਿਹੜੇ ਇਸ ਤਰ੍ਹਾਂ ਮੌਤ ਨੂੰ ਪ੍ਰਵਾਨ ਕਰ ਲਵੇ? ਮੇਰੀ ਹਿੰਮਤ ਨਹੀਂ। ਹਜ਼ੂਰ ਨੇ ਕਿਹਾ, ਡੱਲਿਆ ਭਾਈ, ਇਹ ਤਾਂ ਪ੍ਰੇਮ ਦਾ ਸੌਦਾ ਹੈ, ਕੋਈ ਮਜਬੂਰੀ ਨਹੀਂ। ਤੇਰਾ ਦਿਲ ਨਹੀਂ ਮੰਨਦਾ ਨਾ ਸਹੀ, ਅਸੀਂ ਆਪਣੇ ਕਿਸੇ ਯੋਧੇ ਨੂੰ ਬੁਲਾ ਲੈਂਦੇ ਹਾਂ। ਕੋਲ ਕੋਲੋ ਤੇ ਸਰੀਰਕ ਨੂੰ ਹੁਕਮ ਹੋਇਆ, ਜਾਓ ਸੌਣੀ ਵਿੱਚ, ਜਿਹੜਾ ਵੀ ਸਾਹਮਣੇ ਨਜ਼ਰ ਆਏ ਉਸਨੂੰ ਬੁਲਾ ਕੇ ਲੈ ਆਓ ਅਤੇ ਕਹਿ ਦੇਣਾ ਨਵੀਂ ਬੰਦੂਕ ਆਈ ਹੈ, ਸਿੱਖ ਦੀ ਛਾਤੀ ਵਿੱਚ ਗੋਲੀ ਮਾਰ ਕੇ ਪਰਖਣਾ ਹੈ। ਮੈਂ ਹਿਟਲਰ ਦੀ ਜੀਵਨੀ ਪੜ੍ਹੀ ਹੈ, ਕਿਸੇ ਨੇ ਕਿਹਾ ਹਿਟਲਰ ਤੇਰੇ ਵਿੱਚ ਕੀ ਗੁਣ ਹੈ, ਕਹਿ ਸਾਰੀ ਦੁਨੀਆ ਨਾਲ ਟੱਕਰ ਲੈਣ ਵਾਸਤੇ ਤਿਆਰ ਹੋਇਆ ਖੜਾ ਹੈ। ਕਹਿੰਦਾ ਆਓ ਮੈਂ ਆਪਣੀ ਹਿਕਮਤ ਦਿਖਾਵਾਂ, ਆਪਣੀ ਕਰਾਮਾਤ ਦਿਖਾਵਾਂ। ਬਾਜ਼ਾਰ ਵਿੱਚ ਚਲਿਆ ਜਾ ਰਿਹਾ ਹੈ, ਸਾਹਮਣੇ ਫੌਜੀ ਸਿਪਾਹੀ ਆਇਆ, ਸਲੂਟ ਕੀਤਾ ਹੈ। ਹਿਟਲਰ ਕਹਿੰਦਾ, ਨੌਜਵਾਨ ਤੈਨੂੰ ਤੇਰਾ ਡਿਕਟੇਟਰ ਹਿਟਲਰ ਹੁਕਮ ਦਿੰਦਾ ਹੈ, ਇਹ ਸੱਤ ਮੰਦਰੀ ਅਟਾਰੀ ਦੇ ਉੱਪਰ ਚੜ੍ਹ ਜਾ, ਉੱਪਰੋਂ ਜਾ ਕੇ ਬਾਜ਼ਾਰ ਵਿੱਚ ਛਾਲ ਮਾਰ ਦੇ। ਚੜ੍ਹਿਆ ਉੱਪਰ, ਛਾਲ ਮਾਰ ਦਿੱਤੀ ਹੈ, ਚੂਰਾ ਚੂਰਾ ਹੋ ਗਿਆ। ਕਹਿੰਦਾ ਇਹ ਹੈ ਮੇਰੀ ਕਰਾਮਾਤ। ਮਰੇ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ, ਹਿਟਲਰ ਡਿਕਟੇਟਰ ਹੈ ਅਤੇ ਉਹਦੇ ਸਾਹਮਣੇ ਆਉਣ ਵਾਲਾ ਜਵਾਨ ਉਹਦਾ ਸਿਪਾਹੀ ਹੈ, ਜੇ ਇਹ ਇਨਕਾਰ ਕਰਦਾ ਹੈ ਤਾਂ ਤੋਪ ਅੱਗੇ ਉਡਾਇਆ ਜਾਏਗਾ, ਜੇ ਮਰਦਾ ਹੈ ਫਿਰ ਵੀ ਇੱਜ਼ਤ ਦੀ ਮੌਤ ਹੈ। ਮੌਤ ਦੋਵੇਂ ਪਾਸੇ ਹੈ, ਇੱਕ ਪਾਸੇ ਬੇਇੱਜ਼ਤੀ ਦੀ ਮੌਤ ਹੈ, ਇੱਕ ਪਾਸੇ ਇੱਜ਼ਤ ਦੀ ਮੌਤ ਹੈ। ਕੌਣ ਹੈ ਜੋ ਇੱਜ਼ਤ ਦੀ ਮੌਤ ਛੱਡ ਕੇ ਬੇਇੱਜ਼ਤੀ ਮੌਤ ਦੇ ਪ੍ਰਵਾਨ ਕਰੇਗਾ? ਪਰ ਇੱਥੇ ਇੱਕ ਵਾਸਤੇ ਨਹੀਂ, ਕਿਸੇ ਨੂੰ ਬੁਲਾ ਕੇ ਲੈ ਆਓ। ਪੰਜਾਂ ਪਿਆਰਿਆਂ ਦੀ ਚੋਣ ਕੀਤੀ ਹੈ ਗੁਰਦੇਵ ਨੇ, ਕਿਆ ਕਿਸੇ ਨੂੰ ਬੁਲਾ ਕੇ ਲੈ ਆਓ? ਇੱਥੇ ਵੀ ਹੈ, ਜਿਹੜਾ ਸਾਹਮਣੇ ਆਵੇ ਬੁਲਾ ਕੇ ਲੈ ਆਓ। ਜਿਸ ਵੇਲੇ ਪਹੁੰਚਿਆ ਸੇਵਾਦਾਰ ਛਾਉਣੀ ਦੇ ਬਾਹਰ, ਦੋ ਸਿੱਖ ਬੈਠੇ ਨੇ ਗੱਭਰੂ ਆਮੋ ਸਾਹਮਣੇ, ਇੱਕ ਦਸਤਾਰਾ ਸਜਾ ਰਿਹਾ ਹੈ, ਇੱਕ ਸਜਾ ਹਟਿਆ ਹੈ।
ਕੋਲ ਖੋਲੋ ਕੇ ਜਿਸ ਵੇਲੇ ਹੁਕਮ ਹੋਇਆ ਸੇਵਾਦਾਰ ਨੇ ਸੁਣਾਇਆ ਸੱਚੇ ਪਾਤਸ਼ਾਹ ਦਾ ਹੁਕਮ ਹੈ, ਨਵੀਂ ਬੰਦੂਕ ਆਈ ਹੈ, ਛਾਤੀ ਵਿੱਚ ਗੋਲੀ ਮਾਰ ਕੇ ਪਰਖਣੀ ਹੈ, ਇੱਕ ਜਵਾਨ ਚਾਹੀਦਾ, ਜਿਸ ਵੇਲੇ ਹੁਕਮ ਸੁਣਿਆ ਦੋਵੇਂ ਦੌੜੇ ਚਲੇ ਆਉਣ, ਕਿਵੇਂ ਬਾਈ? ਸੁਣਾਇਆ ਚਲੀਏ ਚਲੀਏ ਜਾਇਓ।
ਇਹ ਹੈ ਜੋ ਮੁੜਨ ਚਾਹ ਗੁਰਦੇਵ ਨੇ ਪੈਦਾ ਕਰ ਦਿੱਤਾ ਸੀ। ਉਹ ਸਾਹਮਣੇ ਖਲੋ ਜਾਏ, ਇੱਕ ਅੱਗੇ ਵਧਿਆ, ਕਹਿੰਦਾ ਸੱਚੇ ਪਾਤਸ਼ਾਹ ਹੱਕ ਮੇਰਾ ਬਣਦਾ, ਭਾਈ ਸਾਹਿਬ ਤਾਂ ਵੈਸੇ ਮੇਰੇ ਨਾਲ ਆ ਗਏ ਹਨ। ਦੂਸਰੇ ਨੇ ਕਿਹਾ ਸੱਚੇ ਪਾਤਸ਼ਾਹ ਹੱਕ ਮੇਰਾ ਬਣ ਦੇ, ਬੇਨਤੀ ਮੇਰੀ ਵੀ ਸੁਣ ਲਿਓ। ਪਹਿਲੇ ਨੂੰ ਪੁੱਛਿਆ ਬਾਲੀ ਤੇਰਾ ਹੱਕ ਕਿਵੇਂ ਬਣਦਾ, ਕਹਿੰਦਾ ਗੁਰਦੇਵ ਇਸ ਪਾਸੇ ਹਜ਼ੂਰ ਦਾ ਸੇਵਕ ਗਿਆ, ਮੈਂ ਉਸ ਪਾਸੇ ਬੈਠਾ ਸਾਂ, ਭਾਈ ਸਾਹਿਬ ਤਾਂ ਮੇਰੇ ਸਾਹਮਣੇ ਬੈਠੇ ਸਨ, ਹਜ਼ੂਰ ਦਾ ਹੁਕਮ ਮੈਂ ਪਹਿਲਾਂ ਸੁਣਿਆ, ਇਸ ਵਾਸਤੇ ਮੇਰਾ ਹੱਕ ਹੈ। ਦੂਸਰਾ ਕਹਿੰਦਾ ਸੱਚੇ ਪਾਤਸ਼ਾਹ ਜੋ ਕੁਛ ਭਾਈ ਸਾਹਿਬ ਕਹਿੰਦੇ ਨੇ ਠੀਕ ਹੈ, ਮਗਰ 2-4 ਫੁੱਟ ਦਾ ਹੀ ਫਾਸਲਾ ਸਾਡੇ ਵਿੱਚ, ਆਹਮਣੇ ਸਾਹਮਣੇ ਬੈਠੇ ਸਨ, ਇਹਨਾਂ ਨੇ ਹੁਕਮ ਪਹਿਲਾਂ ਕਿਵੇਂ ਸੁਣ ਲਿਆ, ਮੈਂ ਪਿੱਛੋਂ ਕਿਵੇਂ ਸੁਣਿਆ। ਦਾਤਾਰ ਨੇ ਕਿਹਾ ਫਿਰ ਤੁਹਾਡਾ ਦੋਹਾਂ ਦਾ ਬਰਾਬਰ ਹੱਕ ਹੋਇਆ, ਕਹਿੰਦੇ ਨਹੀਂ ਮਹਾਰਾਜ ਮੇਰਾ ਹੱਕ ਵਧੇਰੇ ਹੈ, ਇਹਦਾ ਕਾਰਨ ਜਿਸ ਪਾਸੇ ਹਜ਼ੂਰ ਦਾ ਸੇਵ ਗਿਆ ਸੀ ਭਾਈ ਸਾਹਿਬ ਜੀ ਉਸ ਪਾਸੇ ਪਿੱਠ ਸੀ, ਉਹਦੇ ਦੀਦਾਰ ਮੈਂ ਕੀਤਾ, ਗੁਰਦੇਵ ਆਪ ਜੀ ਦਾ ਹੁਕਮ ਹੈ ਨਾ ਸਿੱਖ ਦਾ ਦੀਦਾਰ ਸਾਡਾ ਦੀਦਾਰ ਹੋਏਗਾ, ਸੋ ਪਹਿਲਾਂ ਦੀਦਾਰ ਮੈਂ ਕੀਤਾ, ਇਸ ਵਾਸਤੇ ਮੇਰਾ ਹੱਕ ਹੈ। ਗੁਰਦੇਵ ਇੱਕ ਹੋਰ ਕਾਰਨ ਵੀ ਹੋਵੇ, ਇਸ ਵਾਸਤੇ ਮੈਂ ਆਪਣੇ ਹੱਕ 'ਤੇ ਜ਼ੋਰ ਦਿੰਦਾ ਹਾਂ, ਹਜ਼ੂਰ ਦਾ ਹੁਕਮ ਹੈ ਨਾ ਸਾਚ ਕੌਣ ਸੁਣ ਲਿਓ ਸਭ ਹੈ, ਕਿ ਪ੍ਰੇਮ ਕੀ ਉਤਨੀ ਹੀ ਪ੍ਰਪਾਇਓ, ਗੁਰਦੇਵ ਮੇਰੇ ਪ੍ਰੇਮ ਦੀ ਦਾਤ ਦਿਓ, ਅੱਧਾ ਦਸਤਾਰਾ ਸਜਾਇਆ, ਅੱਧਾ ਉਸੇ ਤਰ੍ਹਾਂ ਲੁੜ ਕੇ ਦੌੜਿਆ ਚੜਿਆ ਹੋ ਗਿਆ। ਹੁਣ ਇੱਥੇ ਇੱਕ ਵਿਚਾਰ ਪੈਦਾ ਹੁੰਦੀ ਹੈ, ਬਾਈ ਪੰਜਾਂ ਪਿਓਰਿਆਂ ਦੀ ਚੋਣ ਪਰਦੇ ਵਿੱਚ ਹੋਈ ਹੈ, ਬਾਹਰ ਕੁਝ ਨਹੀਂ ਕਿਹਾ ਜਾ ਸਕਦਾ ਕਿ ਅੰਦਰ ਕੀ ਵਾਪਰੀ ਕੀ ਨਹੀਂ, ਨਾ ਗੁਰਦੇਵ ਨੇ ਇਸ ਬਾਰੇ ਕੁਛ ਕਿਹਾ, ਨਾ ਪੰਜਾਂ ਪਿਓਰਿਆਂ ਨੇ ਕਿਹਾ, ਮੇਰੇ ਚੋਣ ਸਾਰਿਆਂ ਦੇ ਸਾਹਮਣੇ ਹੈ, ਇੱਕ ਵਿੱਚ ਗੋਲੀ ਮਾਰ ਕੇ ਵੇਖ ਲਈ ਤੇ ਇੱਥੇ ਵਿਚਾਰ ਵੱਡੀ ਚੀਜ਼ ਹੋਰ ਹੈ। ਸਵਾਲ ਦਾ ਸੰਬੰਧ ਪ੍ਰੀਖਿਆ ਦੇਣ ਵਾਲੇ ਨਾਲ ਹੁੰਦਾ ਹੈ, ਪ੍ਰੀਖਿਆ ਲੈਣ ਵਾਲੇ ਨਾਲ ਨਹੀਂ। ਪ੍ਰੀਖਿਆ ਲੈਣ ਵਾਲਾ ਆਪਣਾ ਸਵਾਲ ਵਾਪਸ ਲੈ ਸਕਦਾ, ਉਸਦੀ ਤਰਮੀਮ ਕਰ ਸਕਦਾ ਹੈ, ਪਿੱਛੋਂ ਰਿਆਇਤੀ ਨੰਬਰ ਦੇ ਸਕਦਾ ਹੈ, ਮਗਰ ਵਿਚਾਰ ਨਾ ਇਹ ਹੈ ਪ੍ਰੀਖਿਆ ਦੇਣ ਵਾਲਾ ਪੂਰੀ ਤਰ੍ਹਾਂ ਤਿਆਰ ਹੋ ਕੇ ਆਇਆ ਜਾਂ ਨਹੀਂ, ਸੋ ਦੋਵੇਂ ਮਰਨ ਵਾਸਤੇ ਤਿਆਰ ਹੋ ਕੇ ਆਏ ਹਨ ਨਹੀਂ, ਆਪਣੇ ਹੱਕ ਵਾਸਤੇ ਲੜਦੇ ਨੇ, ਕਿਸੇ ਪਰਮਟ ਵਾਸਤੇ ਹੱਕ ਨਹੀਂ, ਕਿਸੇ ਵਜ਼ੀਰੀ ਵਾਸਤੇ ਹੱਕ ਨਹੀਂ, ਗੁਰੂ ਦੇ ਹੱਥੋਂ ਸ਼ਹੀਦ ਹੋਣਾ ਹੈ, ਅਮਰ ਪਦਵੀ ਪ੍ਰਾਪਤ ਹੋਣੀ ਹੈ। ਸਹੀ ਅਰਥਾਂ ਵਿੱਚ ਦਸਵੇਂ ਪਾਤਸ਼ਾਹ ਜੀ ਨੇ ਸਿੱਖ ਦੇ ਮਨ ਵਿੱਚ ਪੈ ਕਰ ਦਿੱਤਾ ਸੀ ਕਿ ਆਤਮਾ ਮਰਨ ਵਾਲੀ ਵੀ ਹੈ, ਹਜ਼ੂਰ ਕਹਿੰਦੇ ਨੇ ਮਰਨਹਾਰ ਇਹ ਜੀਅਰਾ ਨਹੀਂ। ਹੁਣ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਲੋਕਾਂ ਦੇ ਸਾਹਮਣੇ ਸ਼ਿਸਤ ਲਈ ਗਏ, ਉੱਚਾ ਹੱਥ ਕੀਤਾ, ਗੋਲੀ ਦੁਆਂ ਦੇ ਉੱਪਰ ਦੀ ਗੁਲਾਰ ਦਿੱਤੀ, ਦੁਆਂ ਨੂੰ ਉੱਠ ਕੇ ਇੱਕ ਨਾਲ ਲਾਲ ਖਿੱਚ ਕੇ ਮਹਾਰਾਜ ਜੀ ਨੇ, ਅਤੇ ਡੱਲੇ ਨੂੰ ਕਹਿਣ ਲੱਗੇ ਡੱਲਾ ਸਰਦਾਰ ਇਹੋ ਜਿਹੇ ਸਾਥੀ ਸੀ ਸਾਡੇ ਨਾਲ ਚਮਕੌਰ ਦੇ ਮੈਦਾਨ ਵਿੱਚ, ਜੇ 1300-1500 ਹੁੰਦਾ ਇਹਨਾਂ ਉੱਥੋਂ ਵੀ ਖਿਸਕ ਜਾਣਾ ਸਹੀ, ਕਿਵੇਂ ਕਹਿ ਰਹੇ ਨੇ ਮਹਾਰਾਜ। ਇਤਿਹਾਸ ਗੁਰੂ ਰਾਜ
ਨੂੰ ਯਕੀਨ ਕਰਾ ਦਿੱਤਾ ਕਿ ਇਹ ਆਤਮਾ ਮਰਨ ਵਾਲੀ ਨਹੀਂ। ਗੀਤਾ ਵਿੱਚ ਵੀ ਲਿਖਿਆ ਹੈ, ਆਤਮਾ ਅਮਰ ਹੈ, ਅਜਰ ਹੈ, ਨਾ ਕੱਟੀ ਜਾ ਸਕਦੀ ਹੈ, ਨਾ ਖਤਮ ਕੀਤੀ ਜਾ ਸਕਦੀ ਹੈ। ਤਾਂ ਇਹ ਸਾਰੀਆਂ ਸਿਫਤਾਂ ਜੋ ਕਿਸੇ ਵੀ ਮਹਾਨ ਪੁਰਸ਼ ਵਿੱਚ ਹੋਣੀਆਂ ਚਾਹੀਦੀਆਂ ਹਨ, ਮੇਰੇ ਕਲਗੀਧਰ ਮਹਾਰਾਜ 'ਚ ਮੌਜੂਦ ਹਨ। ਸੋ ਉਹਨਾਂ ਦੇ ਸਿਫਤ ਕਰਨੀ, ਉਹਨਾਂ ਦੀ ਵਡਿਆਈ ਕਰਨੀ ਆਪਣੇ ਆਪ ਨੂੰ ਉਚੇਰਾ ਚੁੱਕਣ ਦੇ ਬਰਾਬਰ ਹੋਇਆ ਕਰਦਾ। ਇਹ ਛੋਟੇ ਦੀ ਵਡਿਆਈ ਕਰਦੇ ਹਾਂਗੇ,
ਖੁਸ਼ਾਮਦੀ ਜਾਪਾਂਗੇ, ਲਾਲਚੀ ਜਾਪਾਂਗੇ, ਮਰਜ਼ੀ ਉਹਦੀ ਸਿਫਤ ਕਰੀਏ ਜਿਹਦੇ ਵਰਗਾ ਦੁਨੀਆਂ ਵਿੱਚ ਹੈ ਹੀ ਕੋਈ ਨਹੀਂ। ਉਹ ਆਰਤਾ ਉਹ ਚਿਹਰਾ ਹੈ, ਉਹਦਾ ਜਸ ਗਾਉਣ ਵਾਲਾ ਵੀ ਉਹਦੀ ਕਿਰਪਾ ਦਾ ਪਾਤਰ ਬਣ ਜਾਇਆ ਕਰਦਾ ਹੈ। ਸੋ ਕਰੀਏ ਸਿਫਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।